ਜ਼ਿੰਦਗੀ ਦੇ ਵਿੱਚ ਤਾਂ ਬਹੁਤ ਲੋਕ ਕੰਮ ਕਰਦੇ ਆ ਆਪਣਾ ਆਪਣਾ, ਜਿਵੇਂ ਲੋਕਾਂ ਦੇ ਘਰਾਂ ਦਾ ਕੰਮ ਹੁੰਦਾ, ਉਹਨਾਂ ਦੇ ਫਾਦਰ ਸਾਹਿਬ ਕੰਮ ਕਰਦੇ ਆ, ਕਿਸੇ ਦੀ ਫੈਮਿਲੀ 'ਚ ਕੋਈ ਕੰਮ ਕਰਦਾ, ਪਰ ਹਰ ਇੱਕ ਕੰਮ ਦੇ ਵਿੱਚ ਕੁਛ ਨਾ ਕੁਛ ਐਸਾ ਛੁਪਿਆ ਹੁੰਦਾ ਜਿਹੜੀ ਬਸ ਮਿਹਨਤ ਮੰਗਦਾ ਅਤੇ ਲਗਨ ਮੰਗਦਾ। ਅਗਰ ਉਹ ਬੰਦਾ ਉਸ ਚੀਜ਼ ਨੂੰ ਸਾਂਭਲੇ, ਉਹ ਚੀਜ਼ ਨੂੰ ਨੋਟ ਕਰ ਲਏ ਕਿ ਮੈਂ ਜ਼ਿੰਦਗੀ 'ਚ ਕੁਛ ਹਟ ਕੇ ਕਰਨਾ ਚਾਹੁੰਦਾ, ਚਾਹੇ ਉਹ ਦਰਜੀ ਹੈ, ਚਾਹੇ ਉਹ ਕੋਈ ਜੁੱਤੀ ਸੀਣ ਵਾਲਾ, ਚਾਹੇ ਉਹ ਕੋਈ ਕੱਪੜੇ ਵਾਲਾ, ਕੁਛ ਵੀ ਹੋਵੇ, ਕੋਈ ਵੀ ਕੰਮ ਕਰਦਾ ਹੋਵੇ। ਮੈਂ ਵੀ ਇੱਦਾਂ ਹੀ ਸੀ, ਇੱਕ ਆਮ ਫੈਮਿਲੀ ਦਾ, ਮਿਡਲ ਕਲਾਸ ਫੈਮਿਲੀ ਦੇ ਵਿੱਚ ਮੈਂ ਰਿਹਾ। ਮੇਰੇ ਫਾਦਰ ਸਾਹਿਬ ਸਟਿਚਿੰਗ ਦਾ ਕੰਮ ਕਰਦੇ ਸੀ ਔਰ ਮੈਂ ਇੰਬਰਾਇਡਰੀ ਦਾ ਕੰਮ ਕਰਦਾ ਸੀ। ਅੱਗੇ ਤੋਂ ਅੱਗੇ ਦਿਨ ਜ਼ਿੰਦਗੀ 'ਚ ਇਹ ਹੋਇਆ ਕਿ ਕੁਛ ਹਟ ਕੇ ਕਰਨਾ। ਸ਼ੁਰੂ ਤੋਂ ਹੀ ਇੱਕ ਬੰਦੇ ਦੇ ਅੰਦਰ ਇਹ ਹੁੰਦਾ ਕਿ ਮੈਂ ਹਟ ਕੇ ਕਰਾਂ। ਬਸ ਮੈਨੇ ਪਹਿਲੀ ਫੋਟੋ ਗੁਰੂ ਨਾਨਕ ਦੇਵ ਜੀ ਦੀ ਬਣਾਈ ਸੀ, ਉਹ ਬਸ ਐਸਾ ਉਹਨਾਂ ਨੇ ਦਿਮਾਗ ਦੇ ਵਿੱਚ ਪਾਇਆ, ਬਾਬਾ ਜੀ ਨੇ ਐਸੇ ਆਸ਼ੀਰਵਾਦ ਦਿੱਤਾ, ਉਸ ਤੋਂ ਬਾਅਦ ਬਸ ਬਣਾਉਂਦਾ ਹੀ ਚਲਾ ਗਿਆ। ਫਿਰ ਕ੍ਰਿਸ਼ਨਾ ਜੀ ਦੀ ਬਣਾਈ 6 ਫੀਟ ਬਾਏ 4 ਫੀਟ, ਜਿਸ ਨੂੰ ਬਣਾਉਣ ਨੂੰ 3 ਸਾਲ ਲੱਗ ਗਏ। ਫਿਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਦਰਬਾਰ ਬਣਾਇਆ, ਹੁਣ ਤੱਕ ਪਤਾ ਨਹੀਂ ਕਿੰਨੇ ਪੋਰਟਰੇਟ ਮੈਂ ਬਣਾ ਚੁੱਕਿਆ ਲੋਕਾਂ ਦੇ ਬਣਾ ਚੁੱਕਿਆ। ਪਰ ਇੱਕ ਚੀਜ਼ ਹਮੇਸ਼ਾ ਇਹ ਚੀਜ਼ ਸੋਚਦਾ ਹੁੰਦਾ ਕਿ ਜਦ ਵੀ ਇਨਸਾਨ ਕੋਈ ਚੀਜ਼ ਬਣਾਉਂਦਾ, ਉਹ ਪਹਿਲਾਂ ਹੀ ਸੋਚਦਾ ਹੁੰਦਾ ਕਿ ਮੈਨੂੰ ਸਵੇਰੇ ਕੰਮ ਕਰਾਂ ਅਤੇ ਮੈਨੂੰ ਸ਼ਾਮ ਨੂੰ ਪੈਸਾ ਮਿਲ ਜਾਵੇ। ਪੈਸਾ ਨਹੀਂ, ਜਦ ਕਿਸੇ ਨੇ ਕਾਮਯਾਬੀ ਕਰਨੀ ਹੋਵੇ, ਕਿਸੇ ਨੇ ਅੱਗੇ ਵਧਣਾ ਹੋਵੇ, ਪੈਸਾ ਅਹਿਮੀਅਤ ਨਹੀਂ ਰੱਖਦਾ। ਬੰਦੇ ਦੀ ਕਾਬਲੀਅਤ ਬਹੁਤ ਵੱਡੀ ਚੀਜ਼ ਹੈ ਕਿ ਤੁਹਾਨੂੰ ਦੁਨੀਆ ਦੇ ਵਿੱਚ ਲੋਕ ਪੁੱਛਣ ਕਿ ਤੁਸੀਂ ਕੌਣ ਹੋ, ਤੁਸੀਂ ਕੀ ਚੀਜ਼ ਕਰ ਸਕਦੇ ਹੋ, ਤੁਹਾਡੇ ਅੰਦਰ ਐਸਾ ਕੀ ਹੈ ਜੋ ਸਾਡੇ ਵਿੱਚ ਨਹੀਂ ਹੈ। ਨੋ, ਹਰ ਇੱਕ ਦੇ ਵਿੱਚ ਕੋਈ ਨਾ ਕੋਈ ਕਾਬਲੀਅਤ ਹੁੰਦੀ ਹੈ, ਕਿਉਂਕਿ ਪਰਮਾਤਮਾ ਪਾਉਂਦਾ। ਕਈ ਉਸਨੂੰ ਫੜ ਲੈਂਦੇ ਆ, ਕਈ ਉਸਨੂੰ ਫੜ ਨਹੀਂ ਪਾਉਂਦੇ। ਦੇਖੋ ਜੀ, ਮਿੰਟੂ ਬਜਾਜ ਤਾਂ ਮੇਰਾ ਸ਼ੋਰਟ ਨੇਮ ਸੀ ਛੋਟੇ ਹੁੰਦੇ, ਜਿਹੜਾ ਅੱਜ ਤੋਂ 16-17 ਸਾਲ ਪਹਿਲਾਂ ਚੱਲਦਾ ਸੀ। ਅੱਜ ਮੇਰਾ ਨਾਮ ਚੱਲਦਾ ਅਰੁਣ ਬਜਾਜ, ਦਾ ਨੀਡਲ ਮੈਨ, ਜੋ ਮੈਨੂੰ ਲੋਕਾਂ ਨੇ ਹੀ ਮੈਨੂੰ ਨਾਮ ਦਿੱਤਾ ਅਤੇ ਮੈਂ ਇਸੇ ਨੂੰ ਹੀ ਆਪਣਾ ਟ੍ਰੇਡਮਾਰਕ ਬਣਾ ਲਿਆ। ਮੇਰਾ ਦਾ ਨੀਡਲ ਮੈਨ ਮੇਰਾ ਜੋ ਹੈ ਉਹ ਟ੍ਰੇਡਮਾਰਕ ਹੈ, ਅਤੇ ਮੈਨੂੰ ਲੋਕਾਂ ਨੇ ਹੀ ਅੱਗੇ ਇੰਨੀ ਸ਼ਕਤੀ ਦਿੱਤੀ, ਇੰਨਾ ਪਿਆਰ ਦਿੱਤਾ, ਮੀਡੀਆ ਨੇ, ਲੋਕਾਂ ਨੇ ਇੰਨੀ ਮੈਨੂੰ ਅੱਗੇ ਵਧਣ ਦੀ ਕਾਬਲੀਅਤ ਦਿੱਤੀ ਕਿ ਭਾਅ ਜੀ ਤੁਸੀਂ ਹਿੰਮਤ ਨਾ ਹਟੋ, ਹੌਸਲਾ ਨਾ ਛੱਡੋ, ਅੱਗੇ ਤੋਂ ਅੱਗੇ ਬਣਾਉਂਦੇ ਚਲੇ ਜਾਓ, ਕੱਲ੍ਹ ਲਾਈਫ ਤੁਹਾਨੂੰ ਪਤਾ ਨਹੀਂ ਕਿੱਥੇ ਪਹੁੰਚਾ ਦੇਗੀ। ਉਹ ਗੱਲ ਸੱਚ ਸੀ, ਉਹਨਾਂ ਦੇ ਮਿਹਨਤਾਂ ਦੇ ਨਾਲ, ਪਿਆਰ ਦੇ ਨਾਲ, ਮੁਹੱਬਤਾਂ ਦੇ ਨਾਲ ਅੱਜ ਮੈਂ ਤੁਹਾਡੇ ਸਾਹਮਣੇ ਹਾਂ, ਜਿਹੜਾ ਤੁਹਾਨੂੰ ਮੈਨੂੰ ਮਾਰ ਦਿੱਤਾ। ਅੱਗੇ ਜੀ ਇਹੀ ਡ੍ਰੀਮ ਹੈ ਕਿ ਮੈਂ ਅੱਗੇ ਹੋਰਾਂ ਨੂੰ ਵੀ ਇਹਨੂੰ ਸਿਖਾਵਾਂ, ਪੂਰੇ ਵਰਲਡ ਲੈਵਲ ਦੇ ਵਿੱਚ ਇਹਨੂੰ ਮੈਂ ਅੱਗੇ ਆਪਣੇ ਆਰਟ ਨੂੰ ਲੈ ਕੇ ਜਾਵਾਂ। ਆਹ ਹੁਣ ਮੈਨੇ ਇੱਕ ਨਵੀਂ ਪੋਰਟਰੇਟ ਬਣਾਇਆ ਮਹਾਰਾਣੀ ਅਲਿਜ਼ਾਬੈਥ ਜੀ ਦੀ, ਮੈਂ ਪਿਕਚਰ ਬਣਾਈ ਹੈ, ਉਹ ਉਹਨਾਂ ਨੂੰ ਮੈਂ ਪ੍ਰੈਜੈਂਟ ਕਰਨਾ ਚਾਹੁੰਦਾ। ਇਹ ਮੇਰੇ ਦਿਲ ਦੀ ਤਮੰਨਾ ਹੈਗੀ ਹੈ, ਮੈਨੂੰ ਉੱਥੇ ਮੌਕਾ ਮਿਲੇ ਜਾਣ ਦਾ ਤਾਂ ਮੈਂ ਉੱਥੇ ਜਾ ਕੇ ਉਹਨਾਂ ਨੂੰ ਜ਼ਰੂਰ ਜਾ ਕੇ ਦੇਵਾਂਗਾ। ਪਿਕਚਰ ਮੈਨੇ ਤਿਆਰ ਕਰ ਲਈ ਹੈ, ਉਹ ਤੁਸੀਂ ਦੇਖ ਹੀ ਰਹੇ ਹੋ, ਅਤੇ ਮੈਂ ਇਸ ਤੋਂ ਅੱਗੇ ਜਾ ਕੇ ਚਾਹੁੰਦਾ ਕਿ ਉਹਨਾਂ ਨੂੰ ਮੈਂ ਆਪਣੇ ਹੱਥਾਂ ਨਾਲ ਖੁਦ ਪ੍ਰੈਜੈਂਟ ਕਰਾਂ। ਦੇਖੋ ਜੀ, ਮੈਨੂੰ ਸਰਕਾਰਾਂ ਤੋਂ ਤਾਂ ਕੋਈ ਉਮੀਦ ਨਹੀਂ, ਬਿਲਕੁਲ ਮੈਂ ਉਮੀਦ ਛੱਡ ਚੁੱਕਿਆ, ਮੈਨੂੰ ਸਰਕਾਰਾਂ ਤੋਂ ਕੋਈ ਲੈਣਾ ਦੇਣਾ ਨਹੀਂ ਹੈ, ਕਿਉਂਕਿ ਨਾ ਉਹ ਕਰਦੇ ਹਾਂ। ਮੈਂ ਸਭ ਨੂੰ ਮਿਲ ਚੁੱਕਿਆ, ਸਭ ਨਾਲ ਮੈਂ ਵਾਰਤਾਲਾਪ ਕਰ ਚੁੱਕਿਆ, ਸਭ ਮੇਰਾ ਕੰਮ ਦੇਖ ਚੁੱਕੇ ਹੈ, ਮੈਨੂੰ ਐਪਰੀਸ਼ੀਏਟ ਕਰ ਚੁੱਕੇ ਹੈ, ਅਮਿਤਾਭ ਬੱਚਨ ਜੀ ਵੀ ਮੈਨੂੰ ਟਵੀਟ ਕਰ ਚੁੱਕੇ ਹੈ, ਸਾਰਾ ਕੁਛ ਹੋ ਚੁੱਕਿਆ। ਪਰ ਇੱਕ ਚੀਜ਼ ਦੇਖੀ ਆ, ਇਨਸਾਨ ਅੱਗੇ ਵਧਣਾ ਚਾਹੇ ਤਾਂ ਉਹ ਆਪਣੀ ਮਰਜ਼ੀ ਨਾਲ, ਆਪਣੀ ਤਾਕਤ ਨਾਲ ਅਤੇ ਆਪਣੀ ਹਿੰਮਤ ਨਾਲ ਅੱਗੇ ਵੱਧ ਸਕਦਾ ਹੈ, ਕਿਸੇ ਦੇ ਪਿੱਛੋਂ ਸਪੋਰਟ ਲਾਈ ਤਾਂ ਬੰਦਾ ਅੱਗੇ ਨਹੀਂ ਵੱਧ। ਜੀ, ਮੈਂ ਪਹਿਲਾਂ ਮੋਦੀ ਜੀ ਨੂੰ ਮਿਲਿਆ ਸੀ, ਉਹਨਾਂ ਨੇ ਮੈਨੂੰ ਬਹੁਤ ਅੱਛਾ, ਮੈਨੂੰ ਉਹਨਾਂ ਨੇ ਇੱਕ ਐਸਾ ਕਿਹਾ ਸੀ ਕਿ ਅਸੀਂ ਤੁਹਾਡੇ ਨਾਲ ਸਾਥ ਦੇਵਾਂਗੇ, ਪਰ ਅੱਗੇ ਸਮ੍ਰਿਤੀ ਇਰਾਨੀ ਜੀ ਨੇ ਅੱਗੇ ਮੈਨੂੰ ਟਾਈਮ ਨਹੀਂ ਦਿੱਤਾ। ਪਰ ਮੈਂ ਦੁਬਾਰਾ ਉਹਨਾਂ ਨੂੰ ਜ਼ਰੂਰ ਮਿਲਣਾ ਚਾਹਾਂਗਾ, ਮੇਰੀ ਦਿਲੀ ਤਮੰਨਾ ਹੈ ਕਿ ਮੈਂ ਇੱਕ ਵਾਰੀ ਆਪਣੇ ਪ੍ਰਾਈਮ ਮਿਨਿਸਟਰ ਜੀ ਨਾਲ ਮਿਲ ਕੇ ਫਿਰ ਮੈਂ ਉਹਨਾਂ ਨਾਲ ਗੱਲਬਾਤ ਕਰ ਸਕਾਂ। ਦੇਖੋ ਜੀ, ਇਹ ਤਾਂ ਗੱਲ ਸੱਚ ਹੈ, ਇਸਮਾਂ ਤਾਂ ਕੋਈ ਦੋ ਰਾਏ ਨਹੀਂ ਹੈ। ਕਈ ਲੋਕ ਕਹਿੰਦੇ ਹੈ ਕਿ ਅਸੀਂ ਪੰਜਾਬ ਦੇ ਵਿੱਚ ਹੈਗੇ ਹਾਂ ਜੀ, ਇਹ ਨਹੀਂ, ਐਸਾ ਨਹੀਂ ਹੈ, ਹੈ ਜੋ ਚੀਜ਼ ਹੈ ਉਹ ਹੈ, ਪਰ ਇੰਨਾ ਜ਼ਿਆਦਾ ਵੀ ਨਹੀਂ ਹੈ ਕਿ ਜਿਹਦੇ ਵਿੱਚ ਆਪਾਂ ਇਹ ਕਹਿ ਦਈਏ ਕਿ ਪੂਰਾ ਪੰਜਾਬ ਹੀ ਨਸ਼ੇੜੀ ਬਣ ਗਿਆ। ਬੜੇ ਲੋਕ ਐਸੇ ਵੀ ਹੈ ਜਿਹੜੇ ਸੋਸ਼ਲ ਵਰਕਿੰਗ ਵੀ ਕਰ ਰਹੇ ਹੈ, ਜਿਹੜੇ ਬੱਚਿਆਂ ਨੂੰ ਛੁਡਾ ਵੀ ਰਹੇ ਹੈ, ਆਪਣੇ ਵੱਲੋਂ ਪੈਸਾ ਵੀ ਖਰਚ ਰਹੇ ਹੈ, ਉਹਨਾਂ ਦਾ ਹੋਸਪਿਟਲਾਂ ਦਾ ਇਲਾਜ ਵੀ ਕਰਾ ਰਹੇ ਹੈ। ਪਰ ਜਿਹੜੀ ਇੱਕ ਸਰਕਾਰਾਂ ਦੀ ਇੱਕ ਐਸੀ ਉਹ ਨੀਤੀ ਬਣ ਗਈ ਹੈ ਕਿ ਬੱਚਿਆਂ ਦਾ ਸਾਥ ਨਹੀਂ ਦੇ ਰਹੀ, ਲੋਕਾਂ ਦਾ ਸਾਥ ਨਹੀਂ ਦੇ ਰਹੀ। ਹੁਣ ਇੱਕ ਬੰਦਾ ਇੱਕ ਮਿਹਨਤ ਕਰਕੇ ਗੋਲਡ ਵਰਲਡ ਰਿਕਾਰਡ ਲੈ ਕੇ ਆ ਰਿਹਾ, ਗੋਲਡ ਮੈਡਲਿਸਟ ਲੈ ਕੇ ਆ ਰਿਹਾ, ਅਤੇ ਉਸਨੂੰ ਸਰਕਾਰ ਪੁੱਛ ਵੀ ਨਹੀਂ ਰਹੀ, ਸਰਕਾਰ ਉਹਦਾ ਖਿਆਲ ਹੀ ਨਹੀਂ ਕਰ ਰਹੀ, ਤਾਂ ਉਹ ਕੀ ਕਰੇਗਾ? ਉਹ ਨਸ਼ਾ ਨਹੀਂ ਕਰੇਗਾ? ਤੁਸੀਂ ਆਪ ਦੱਸੋ ਮੈਨੂੰ ਉਹ ਕੀ ਕਰ ਸਕਦਾ? ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਕਿ ਬੰਦਾ ਕੀ ਕਰੇਗਾ, ਕਿਉਂਕਿ ਮੈਂ ਵੀ ਇਹੀ ਕਰਦਾ। ਦੇਖੋ, ਮੈਂ ਆਪਣਾ ਕੰਮ ਕਰ ਰਿਹਾ, ਮਿਹਨਤ ਕਰ ਰਿਹਾ, ਮੈਂ ਕਿੰਨੀ ਦੇਰ ਤੱਕ ਭੱਜਦਾ ਜਾ ਰਿਹਾ? ਅਗਰ ਮੈਂ ਇੱਕ ਦਿਨ ਤਾਂ ਮੈਂ ਟੁੱਟੂਗਾ ਨਾ, ਮੈਂ ਇੱਕ ਦਿਨ ਟੁੱਟੂਗਾ ਤਾਂ ਮੈਂ ਕੀ ਕਰਾਂਗਾ? ਮੈਨੇ ਫੈਮਿਲੀ ਚਲਾਉਣੀ ਹੈ, ਆਪਣੇ ਬੱਚਿਆਂ ਦਾ ਖਰਚਾ ਕਰਨਾ ਹੈ, ਉਹ ਮੈਂ ਕਿਵੇਂ ਕਰਾਂਗਾ? ਫਿਰ ਮੈਂ ਅਖੀਰ 'ਚ ਨਸ਼ੇ 'ਚ ਜਾਵਾਂਗਾ ਜਾਂ ਮੈਂ ਮਰਾਂਗਾ? ਕਿਉਂਕਿ ਸਰਕਾਰਾਂ ਨੇ ਬੰਦਿਆਂ ਨੂੰ ਮਜਬੂਰ ਕਰਤਿਆ ਕਿ ਉਹ ਇਹ ਕੰਮ ਕਰਨ, ਕਿਉਂਕਿ ਉਹਨਾਂ ਦਾ ਸਾਥ ਤਾਂ ਦਿੰਦੇ ਨਹੀਂ ਹੈ। ਆਹ ਕਬੱਡੀ ਵਾਲੇ ਮੁੰਡੇ ਇੰਨੀ ਦੂਰ ਤੱਕ ਪਹੁੰਚੇ ਹੋਏ ਹੈ, ਐਡੇ ਐਡੇ ਮੈਡਲ ਆਪਣੇ ਘਰੇ ਟੰਗੇ ਪਏ ਹੈ, ਵੇਚਦੇ ਫਿਰਦੇ ਹੈ, ਕਿਉਂ? ਸਰਕਾਰਾਂ ਸਾਥ ਹੀ ਨਹੀਂ ਦਿੰਦੀਆਂ। ਮੈਂ ਸਰਕਾਰਾਂ ਨੂੰ ਮਿਲ ਕੇ ਆਇਆ, ਸਰਕਾਰਾਂ ਪੁੱਛਦੀਆਂ ਵੀ ਨਹੀਂ ਹੈ। ਜਦ ਵੀ ਪੁੱਛੋ, ਕੰਮ ਐਪਰੀਸ਼ੀਏਟ ਕਰਦੇ ਹੈ, ਮੋਢੇ 'ਤੇ ਹੱਥ ਮਾਰਦੇ ਹੈ ਅਤੇ ਖੁਸ਼ ਹੋ ਕੇ ਭੇਜ ਦਿੰਦੇ ਹੈ। ਅੱਜ ਤੱਕ ਨਾ ਸਟੇਟ ਅਵਾਰਡ ਮਿਲਿਆ, ਨਾ ਪੰਜਾਬ ਰਤਨ ਮਿਲਿਆ, ਪਰ ਮੈਨੂੰ ਪਰਵਾਹ ਨਹੀਂ ਹੈ ਹੁਣ, ਨਾ ਮੈਂ ਸਰਕਾਰਾਂ ਦੀ ਪਰਵਾਹ ਕਰਦਾ। ਅਸੀਂ
ਤੁਹਾਡੇ ਅੰਦਰ ਇੱਕ ਵਿਲ ਪਾਵਰ ਹੁੰਦੀ ਹੈ, ਉਹ ਬੰਦੇ ਨੂੰ ਜਾਗਰੂਕ ਰੱਖਣੀ ਚਾਹੀਦੀ ਹੈ। ਸਰਕਾਰਾਂ ਦੇ ਪਿੱਛੇ ਨਾ ਭੱਜੋ, ਕੁਛ ਨਹੀਂ ਮਿਲਣਾ, ਆਪਣੇ ਦਮ 'ਤੇ ਕੁਛ ਐਸਾ ਕਰੋ, ਤੁਹਾਨੂੰ ਕਾਬਲੀਅਤ ਖੁਦ ਹੀ ਤੁਹਾਨੂੰ ਬਾਹਰ ਲੈ ਜਾਏ ਕਿ ਜ਼ਿੰਦਗੀ ਦੇ ਵਿੱਚ ਹਾਰਨਾ ਮੌਤ 'ਤੇ ਨਸ਼ਾ ਨਹੀਂ ਹੈ, ਜ਼ਿੰਦਗੀ ਦੇ ਵਿੱਚ ਜਿੱਤਣਾ ਤਾਂ ਕਾਮਯਾਬੀ ਇੱਕ ਦਿਨ ਜ਼ਰੂਰ ਮਿਲੇਗੀ, ਮਿਹਨਤ ਕਰਦੇ ਚਲੇ ਜਾਓ। ਮੈਨੂੰ ਵੀ 25 ਸਾਲ ਲੱਗੇ ਹੈ, ਅੱਜ ਮੈਨੂੰ ਵਰਲਡ ਦੇ ਵਿੱਚ ਦੁਨੀਆ ਪੁੱਛਦੀ ਹੈ ਸਿਰਫ ਤੁਹਾਡੇ ਪਿਆਰ ਕਰਕੇ, ਤੁਹਾਡਾ ਮਾਣ ਸਤਿਕਾਰ ਮਿਲਦਾ, ਤੁਹਾਡਾ ਪਿਆਰ ਮਿਲਦਾ, ਤਾਂ ਹੀ ਅੱਜ ਉਰੇ ਬੈਠੇ ਹਾਂ। ਸਰਕਾਰਾਂ ਨਹੀਂ ਪੁੱਛਦੀਆਂ ਕੋਈ ਗੱਲ ਨਹੀਂ, ਪਰ ਇੱਕ ਦਿਨ ਤੁਹਾਡਾ ਵੀ ਆਏਗਾ ਜਿਵੇਂ ਮੇਰਾ ਆਇਆ।